ਸਤਿ ਸ਼੍ਰੀ ਅਕਾਲ ਜੀ, ਮੈਂ ਨੇਹਾ ਰਾਜਪੂਤ ਅਤੇ ਤੁਸੀਂ ਦੇਖ ਰਹੇ ਹੋ ਗੂਗਲ ਬਾਲੀਵੁੱਡ। ਅੱਜ ਨਾ ਮੈਂ ਇੱਕ ਬਹੁਤ ਹੀ ਗੰਭੀਰ ਮੁੱਦੇ 'ਤੇ ਗੱਲ ਕਰਨ ਲੱਗੀ ਹਾਂ। ਕਲਾਕਾਰ ਕਲਾਕਾਰ ਜੋ ਸਭ ਦੇ ਸਾਂਝੇ ਹੁੰਦੇ ਹਨ, ਅਤੇ ਇਹ ਗੱਲ ਅਸੀਂ ਮੁੱਢ ਤੋਂ ਹੀ ਸੁਣਦੇ ਆਏ ਹਾਂ। ਕਲਾਕਾਰ ਜੋ ਸਾਨੂੰ ਐਂਟਰਟੇਨ ਕਰਨ ਦੇ ਲਈ, ਸਾਡੇ ਮਨੋਰੰਜਨ ਦੇ ਲਈ ਅਤੇ ਸਾਡੇ ਮਨ ਪਰਚਾਵੇ ਦੇ ਲਈ ਵੱਖ ਵੱਖ ਰੂਪ ਧਾਰਦੇ ਨੇ ਅਤੇ ਵੱਖ ਵੱਖ ਚੀਜ਼ਾਂ ਕਰਦੇ ਨੇ, ਪਰ ਮੈਨੂੰ ਲੱਗਦਾ ਨਹੀਂ ਕਿ ਕਲਾਕਾਰਾਂ ਦੀ ਸਾਂਝ ਵਾਲੀ ਗੱਲ ਜ਼ਿਆਦਾ ਲੰਬੇ ਤੱਕ ਟਿਕੀ ਰਹੇਗੀ, ਕਿਉਂਕਿ ਕਿਤੇ ਨਾ ਕਿਤੇ ਇਸ ਚੀਜ਼ ਦਾ ਕਾਰਨ ਅਸੀਂ ਖੁਦ ਹੀ ਹਾਂ। ਅਸੀਂ ਆਪ ਹੀ ਹਾਂ ਜੋ ਕਲਾਕਾਰਾਂ ਦੇ ਵਿਚਲਾ ਅਤੇ ਆਪਣੇ ਵਿਚਲਾ ਫਰਕ ਭੁੱਲ ਚੁੱਕੇ ਹਾਂ, ਅਤੇ ਅਸੀਂ ਸਮਝਣ ਲੱਗ ਗਏ ਹਾਂ ਅਤੇ ਕਲਾਕਾਰ ਅੱਜ ਜੋ ਵੀ ਨੇ ਸਿਰਫ ਸਾਡੇ ਹੀ ਕਰਕੇ ਨੇ। ਅਤੇ ਕਲਾਕਾਰਾਂ ਦਾ ਜਦੋਂ ਕੋਈ ਵੀ ਪਰਸਨਲ ਮੁੱਦਾ ਸਾਹਮਣੇ ਆਉਂਦਾ ਹੈ ਅਤੇ ਅਸੀਂ ਉਸਨੂੰ ਇੱਕ ਇਸ਼ੂ ਬਣਾ ਕੇ ਉਛਾਲਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਨਾਂ ਦੀ ਪਰਸਨਲ ਲਾਈਫ 'ਤੇ ਤੰਜ ਕੱਸਣੀ ਸ਼ੁਰੂ ਕਰ ਦਿੰਦੇ ਹਾਂ। ਅਤੇ ਜਦੋਂ ਵੀ ਅਸੀਂ ਸੋਸ਼ਲ ਮੀਡੀਆ ਜਾਂ ਕੋਈ ਵੀ ਸਾਈਟ ਖੋਲ੍ਹਦੇ ਹਾਂ ਅਤੇ ਆਮ ਤੌਰ 'ਤੇ ਆਹੀ ਖਬਰ ਪਹਿਲਾਂ ਦੇਖਣ ਨੂੰ ਮਿਲਦੀ ਆ ਕਿ ਜਾਂ ਤਾਂ ਕਿਸੇ ਕਲਾਕਾਰ ਨਾਲ ਧੱਕਾ ਹੋ ਗਿਆ, ਜਾਂ ਕਿਸੇ ਕਲਾਕਾਰ ਨੂੰ ਧਮਕੀ ਮਿਲ ਗਈ, ਜਾਂ ਫਿਰ ਕਿਸੇ ਕਲਾਕਾਰ ਮਗਰ ਮੁੰਡਿਆਂ ਨੇ ਮੋਟਰਸਾਈਕਲ ਲਾ ਲਏ। ਅਤੇ ਪਿੱਛੇ ਜਿਹੀ ਦੀ ਗੱਲ ਆ, ਜਦੋਂ ਹਿਮਾਂਸ਼ੀ ਖੁਰਾਨਾ ਸਟੇਜ 'ਤੇ ਪਰਫੋਰਮ ਕਰ ਰਹੀ ਸੀ ਅਤੇ ਆਡੀਅੰਸ ਦੇ ਵਿੱਚੋਂ ਕਿਸੇ ਨੇ ਉਹਨਾਂ ਦੇ ਬੋਤਲ ਮਾਰੀ ਕਿ ਅਸੀਂ ਇੰਨੇ ਬਦਤਮੀਜ਼ ਹੋ ਗਏ ਹਾਂ ਕਿ ਇੱਕ ਫੀਮੇਲ ਆਰਟਿਸਟ ਜੋ ਸਟੇਜ 'ਤੇ ਪਰਫੋਰਮ ਕਰ ਰਹੀ ਹੈ, ਅਸੀਂ ਉਹਦੇ ਬੋਤਲ ਮਾਰਾਂਗੇ? ਕਿੱਥੇ ਗਈ ਸਾਡੀਆਂ ਵੈਲਿਊਜ਼ ਅਤੇ ਕਿੱਥੇ ਗਏ ਸਾਡੇ ਸੰਸਕਾਰ? ਅਤੇ ਇਸ ਘਟਨਾ ਦੇ ਦੌਰਾਨ ਹਿਮਾਂਸ਼ੀ ਖੁਰਾਨਾ 'ਤੇ ਚੋਟ ਵੀ ਲੱਗੀ ਸੀ ਅਤੇ ਉਹਨਾਂ ਨੇ ਇਸ ਦਾ ਜ਼ਿਕਰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਕੀਤਾ ਸੀ। ਅਤੇ ਜੇ ਗੱਲ ਆਪਾਂ ਕਰਨ ਔਜਲਾ ਦੀ ਕਰੀਏ ਤਾਂ ਉਹ ਆਪਣੇ ਕਿਸੇ ਸ਼ੋਅ 'ਤੇ ਲੇਟ ਪੁੱਜਦੇ ਨੇ ਅਤੇ ਉਹਨਾਂ ਦੇ ਲੇਟ ਪੁੱਜਣ ਨੂੰ ਲੈ ਕੇ ਮੁੰਡਿਆਂ ਵੱਲੋਂ ਸਟੇਜ 'ਤੇ ਚੜ੍ਹ ਕੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ। ਕਿ ਆਪਾਂ ਇੰਨੇ ਬੇਸਬਰੇ ਹਾਂ? ਸਾਡੇ ਵਿੱਚ ਇੰਨਾ ਵੀ ਸਬਰ ਨਹੀਂ ਕਿ ਜੇ ਆਪਾਂ ਨੂੰ ਕਿਸੇ ਆਰਟਿਸਟ ਦਾ ਕੋਈ ਕੰਮ ਪਸੰਦ ਨਹੀਂ ਆ ਰਿਹਾ ਅਤੇ ਅਸੀਂ ਉਸਦਾ ਸ਼ੋਅ ਵੇਖਣ ਨਾ ਜਾਈਏ? ਜੇ ਸ਼ੋਅ ਵੇਖਣ ਆਏ ਹੀ ਹਾਂ ਤਾਂ ਉਸਦੇ ਨਾਲ ਕੋਪਰੇਟ ਕਰੀਏ। ਜੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੀਦਾ। ਪਿਛਲੇ ਦਿਨੀ ਤਾਂ ਹੱਦ ਹੀ ਹੋ ਗਈ। ਮੈਂ ਗੱਲ ਕਰ ਰਹੀ ਹਾਂ ਆਪਣੇ ਬਾਲੀਵੁੱਡ ਅਤੇ ਬਾਲੀਵੁੱਡ ਦੇ ਬਹੁਤ ਹੀ ਬਾਕਮਾਲ ਸਿੰਗਰ ਗੁਰੂ ਰੰਧਾਵਾ ਦੀ, ਜਿਨ੍ਹਾਂ 'ਤੇ ਉਹਨਾਂ ਦੇ ਵੈਂਕੂਵਰ ਕੌਂਸਰਟ ਦੇ ਦੌਰਾਨ ਹਮਲਾ ਹੋਇਆ ਅਤੇ ਇਸ ਦੀ ਜਾਣਕਾਰੀ ਉਹਨਾਂ ਦੀ ਮੈਨੇਜਮੈਂਟ ਟੀਮ ਨੇ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਗੁਰੂ ਰੰਧਾਵਾ ਵੈਂਕੂਵਰ ਦੇ ਵਿੱਚ ਪਰਫੋਰਮ ਕਰ ਰਹੇ ਸਨ ਅਤੇ ਇੱਕ ਅਣਪਛਾਤੇ ਬੰਦੇ ਵੱਲੋਂ ਬਾਰ ਬਾਰ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਜਦੋਂ ਇਸ ਬੰਦੇ ਨੂੰ ਗੁਰੂ ਰੰਧਾਵਾ ਅਤੇ ਪ੍ਰਬੰਧਕਾਂ ਨੇ ਰੋਕਿਆ ਅਤੇ ਉਸਨੇ ਫਿਰ ਬੈਕ ਸਟੇਜ ਜਾ ਕੇ ਹੋਰ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਤੇ ਗੱਲ ਇੱਥੇ ਹੀ ਖਤਮ ਨਹੀਂ ਹੋਈ। ਜਿੱਦਾਂ ਹੀ ਗੁਰੂ ਰੰਧਾਵਾ ਕੌਂਸਰਟ ਖਤਮ ਕਰਕੇ ਵਾਪਸ ਜਾ ਰਹੇ ਸਨ ਅਤੇ ਭੀੜ ਦੇ ਵਿੱਚੋਂ ਇੱਕਦਮ ਉਸ ਬੰਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਗੁਰੂ ਰੰਧਾਵਾ ਦੀ ਅੱਖ 'ਤੇ ਡੂੰਘੀ ਸੱਟ ਵੱਜੀ ਅਤੇ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ। ਅਤੇ ਉਹਨਾਂ ਦੀ ਮੈਨੇਜਮੈਂਟ ਟੀਮ ਵੱਲੋਂ ਆਹ ਵੀ ਦੱਸਿਆ ਗਿਆ ਕਿ ਗੁਰੂ ਰੰਧਾਵਾ ਹੁਣ ਠੀਕ ਨੇ ਅਤੇ ਇੰਡੀਆ ਵਾਪਸ ਆ ਗਏ ਨੇ, ਪਰ 4 ਟਾਂਕਿਆਂ ਦੇ ਨਾਲ। ਅਤੇ ਗੁਰੂ ਰੰਧਾਵਾ ਨੇ ਇਹ ਬਿਆਨ ਵੀ ਦਿੱਤਾ ਕਿ ਹੁਣ ਉਹ ਕਦੇ ਵੀ ਕੈਨੇਡਾ ਪਰਫੋਰਮ ਨਹੀਂ ਕਰਨਗੇ ਅਤੇ ਜਿਸ ਬੰਦੇ ਨੇ ਉਹਨਾਂ 'ਤੇ ਹਮਲਾ ਕੀਤਾ, ਪਰਮਾਤਮਾ ਉਸਨੂੰ ਸਿੱਧੇ ਰਾਹ ਪਾਵੇ। ਇੱਕ ਕਲਾਕਾਰ ਜੋ ਸਾਨੂੰ ਐਂਟਰਟੇਨ ਕਰਨ ਦੇ ਲਈ ਇੰਨੀ ਦੂਰ ਪਰਫੋਰਮ ਕਰਨ ਆਉਂਦਾ ਹੈ, ਅਸੀਂ ਉਸਨੂੰ ਇਹ ਸਿਲਾ ਦੇ ਰਹੇ ਹਾਂ? ਸਾਨੂੰ ਸਭ ਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਸਾਡੇ ਲਈ ਇੰਨਾ ਕਰਦਾ ਹੈ, ਅਸੀਂ ਉਸਨੂੰ ਥੋੜ੍ਹਾ ਜਿਹਾ ਵੀ ਕੋਆਪਰੇਟ ਨਹੀਂ ਕਰ ਸਕਦੇ? ਕੋਈ ਜ਼ਮਾਨਾ ਸੀ ਜਦੋਂ ਕਲਾਕਾਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ, ਪਰ ਅੱਜ ਕੱਲ੍ਹ ਸਰੇਆਮ ਉਸੇ ਹੀ ਰੱਬ ਨੂੰ ਸਟੇਜ 'ਤੇ ਗਾਲਾਂ ਕੱਢੀਆਂ ਜਾਂਦੀਆਂ ਹਨ, ਉਹਨਾਂ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ ਅਤੇ ਉਹਨਾਂ ਲਈ ਭੈੜੀ ਸ਼ਬਦਾਵਲੀ ਵੀ ਵਰਤੀ ਜਾਂਦੀ। ਅਤੇ ਸਾਡੀ ਗੂਗਲ ਬਾਲੀਵੁੱਡ ਦੀ ਸਾਰੀ ਟੀਮ ਇਸ ਘਟਨਾ 'ਤੇ ਰੋਸ ਜ਼ਾਹਰ ਕਰਦੇ ਹੋਏ ਇਸ ਘਟਨਾ ਦੀ ਕੜੀ ਨਿੰਦਾ ਕਰਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਰੰਧਾਵਾ ਜਲਦੀ ਤੋਂ ਜਲਦੀ ਠੀਕ ਹੋ ਕੇ ਸਾਨੂੰ ਮੁੜ ਐਂਟਰਟੇਨਮੈਂਟ ਕਰਨ ਲਈ ਆਉਣ। ਸਤਿ ਸ਼੍ਰੀ ਅਕਾਲ।